माछीवाड़ा साहब अज सवेरे राहों रोड से वापरे सड़क हादसे विच नौजवान बिट्टू वासी माछीवाड़ा की मौत हो गई है। प्राप्त जानकारी अनुसार हलवाई का काम करते डबल्यू हलवाई का यह नौजवान लड़का बिट्टू मोटरसाइकिल से सवार होकर राहों रोड माछीवाड़ा वालों आ रहा है। इधरों आ रहे टाटा 407 नाल इसकी टक्कर हो गई। सड़क हादसे विच मोटरसाइकिल सवार बिट्टू गंभीर रूप विच जख्मी हो गया और जदों उस नूं सिविल हस्पताल लिया गया तो डाक्टर ने उस नूं मृत करार दे दिता। पुलिस वालों लाश कब्जे विच लैके पोस्टमार्टम लई भेज दी है। मिनी ट्रक चालक खिलाफ कानूनी कार्रवाई की जा रही है। नौजवान बिट्टू गरीब परिवार नाल संबंध रखता है जिसकी मौत नाल परिवार चो मातम छा गया। की ना जी डबल जी जिहदी डैथ होई है उह तुहाडे की लगदे ने? मुंडा ते किन्नी कु उमर उहदी? 18 साल। नाम की है? नाम मौजा बिट्टू। कित्थे हुई है डैथ उहदी? इह अपने लखोवाल दे पेट्रोल पंप दे कोल। किस तरह हुई है? उन्होंने ਗੱਡੀ ਚੱਕ ਲਿਆ ਉਹਨਾਂ ਨੇ ਹੁਣ ਚੱਕੋ। ਕਿਹੜੀ ਗੱਡੀ ਸੀ? ਕੋਈ ਬੜੀ ਗੱਡੀ ਨੂੰ ਮਾਰੇ? ਬੜੀ ਗੱਡੀ। ਗਲਤੀ ਕਿਹਦੀ ਆ ਉੱਥੇ? ਕੋ ਗੱਡੀ ਗਲਤੀ ਆ ਗੱਡੀ ਵਾਲਾ ਜੀ। ਅੱਛਾ ਤੇ ਤੁਹਾਨੂੰ ਕਦੋਂ ਪਤਾ ਲੱਗਿਆ? ਇਹ 8 ਵਜੇ ਪਤਾ ਲੱਗਾ ਜੀ। ਤੇ ਕਿੱਥੇ ਜਾ ਕਿੱਥੇ ਰਿਹਾ ਸੀ? ਸਰਕਾਰੀ ਹਸਪਤਾਲ ਤੋਂ ਫੋਨ ਆਇਆ ਜੀ। ਜਾ ਕਿੱਥੇ ਰਿਹਾ ਸੀ? ਇਹ ਜਾ ਰਹੇ ਸੀ ਕੰਮ ਨੂੰ ਜੀ। ਅੱਛਾ ਇਹ ਕਿੰਨੇ ਟਾਈਮ ਤੋਂ ਕੰਮ ਕਰ ਰਿਹਾ ਸੀਗਾ? ਇਹ ਕੰਮ ਕਰਦਾ ਜੀ ਉਹ ਹੋ ਗਿਆ 3-4 ਸਾਲ। ਹੋਰ ਵੀ ਬੱਚੇ ਆ ਤੁਹਾਡੇ? ਇਹ ਫਿਰ ਛੋਟਾ ਸੀ ਜਾਂ ਬੜਾ ਸੀ? ਇਹ ਸਭ ਤੋਂ ਛੋਟਾ। ਤੇ ਕਮਾਈ ਦਾ ਸਾਧਨ ਕੋਈ? ਕਮਾਈ ਦੇ ਸਾਧਨ ਉਹ ਦਾੜੀ ਚੁੱਪਾ ਜੀ। ਅੱਛਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਕੀ ਜਾਂਦੇ ਹੋ ਹੁਣ ਦੇਖੋ ਜੀ ਇਨਸਾਫ ਹੋਣਾ ਚਾਹੀਦਾ ਜੀ। ਠੀਕ। ਕੀ ਨਾਮ ਤੁਹਾਡਾ? ਪ੍ਰਕਾਸ਼ ਜੀ। ਕੀ? ਪ੍ਰਕਾਸ਼। ਪ੍ਰਕਾਸ਼ ਜਿਹਦੀ ਡੈਥ ਹੋਈ ਆ ਉਹ ਤੇਰਾ ਕੀ ਲੱਗਦਾ? ਛੋਟਾ ਭਾਈ। ਤੇ ਕਿੰਨੀ ਕੁ ਉਮਰ ਸੀ ਉਹਦੀ? ਭਾਈ ਜੀ 18-19 ਸਾਲ ਦਾ। ਉਹਦਾ ਨਾਮ ਕੀ ਆ? ਬਿੱਟੂ। ਕਿੰਨੇ ਭਾਈ ਆ ਤੁਸੀਂ? 3 ਭਾਈ ਆ। ਤੇ ਕਿੱਥੇ ਹੋਈ ਹੈ ਡੈਥ ਉਹਦੀ? ਇਹ ਡੈਥ ਹੋਈ ਹੈ ਜੀ ਆਪਣੇ ਰਾਹੋਂ ਰੋਡ ਤੇ। ਕਿੱਥੇ ਜਾ ਰਿਹਾ ਸੀ? ਉਹੀ ਆਪਣਾ ਕੰਮ ਚੱਲਿਆ ਸੀਗਾ ਸਵੇਰੇ ਉੱਠ ਕੇ। ਇਹ 7:30-8 ਵਜੇ ਤੱਕ ਮੂਹਰੋਂ ਜੀ ਕੋਈ ਬੱਸ ਵਾਲਾ ਆਇਆ ਜੀ ਉਹਨੂੰ ਚੱਕ ਕੇ ਠੋਕਤਾ ਨੇ। ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹਦੀ ਡੈਥ? ਸਵੇਰੇ ਕਿਸੇ ਨੇ ਫੋਨ ਕਰਕੇ ਦੱਸਿਆ ਜੀ ਵੀ ਤੇਰਾ ਭਾਈ ਇੱਥੇ ਫਿਰਦਾ ਆ। ਜਾ ਕਿੱਥੇ ਰਿਹਾ ਸੀ ਉਹ? ਕੰਮ ਦੇ। ਕਿੰਨੇ ਟਾਈਮ ਤੋਂ ਕੰਮ ਕਰ ਰਹੇ ਸੀ ਉਹ? 3 ਸਾਲ ਤੋਂ। ਕਿੰਨੇ ਭੈਣ ਭਾਈ ਤੁਸੀਂ? 3 ਭਾਈ ਹੈ 2 ਭੈਣਾਂ। ਇਹ ਛੋਟਾ ਜਾਂ ਬੜਾ ਸੀ? ਛੋਟਾ ਹੀ ਜੀ ਸਾਨੂੰ। ਘਰ 'ਚ ਕਮਾਈ ਦਾ ਸਾਧਨ ਕੀ ਆ? ਬਸ ਇਹੀ ਹੈ ਜੀ, ਮੈਂ ਅਤੇ ਇੱਕ ਮੇਰਾ ਵੱਡਾ ਭਾਈ ਹੈ ਜੀ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਇਹੀ ਕਹਿਣਾ ਚਾਹੁੰਦੇ ਇਨਸਾਫ ਮਿਲੇਗਾ ਸਾਨੂੰ। ਇਹ ਜੀ ਸਾਨੂੰ ਇੱਕ ਰੁੱਕਾ ਮਸੂਲ ਹੋਇਆ ਸੀ ਸਵੇਰੇ ਮੋਛੀ ਨੂੰ ਹੋਸਪਿਟਲ ਮਾਛੀਵਾੜਾ ਸਾਹਿਬ ਤੋਂ। ਉਹ 'ਚੋਂ ਦੱਸਿਆ ਸੀ ਵੀ ਇੱਕ ਉੱਥੇ ਕੋਈ ਐਕਸੀਡੈਂਟ ਹੋ ਗਿਆ ਰਾਹੋਂ ਰੋਡ 'ਤੇ ਲੱਖੋਵਾਲ ਕਲਾਂ ਦੇ ਨੇੜੇ ਇੱਕ ਪੰਪ ਹੈ ਭਾਰਤੀ ਪੈਟਰੋਲ ਪੰਪ। ਇੱਕ ਕੈਂਟਰ ਗੱਡੀ ਨਾਲ ਇੱਕ ਮੋਟਰਸਾਈਕਲ ਦੀ ਹੋ ਗਈ ਹੈ, ਮੋਟਰ ਗੱਡੀ ਵਾਲੇ ਦੇ ਵਿੱਚ ਗਿਆ ਅਤੇ ਉਸ ਕਾਰਨ ਉਹ ਗੱਡੀ ਵਾਲਾ ਜਿਹੜਾ ਤੇਜ਼ ਰਫ਼ਤਾਰੀ ਸੀ ਚੱਲ ਰਿਹਾ ਸੀ ਅਤੇ ਉਹ ਮੋਟਰਸਾਈਕਲ 'ਤੇ ਫੇਟ ਮਾਰੀ ਉਹਨੇ ਮੋਟਰਸਾਈਕਲ ਨੂੰ। ਉਹਦੇ ਨਾਲ ਬਿੱਟੂ ਸਨ ਆਫ ਡਬਲਿਊ ਵਾਸੀ ਬਲੀ ਬੇਗ ਦੀ ਮੌਤ ਹੋ ਗਈ ਹੈ ਜਿਸ ਦੀ ਉਮਰ 20 ਸਾਲ ਸੀ। ਅਤੇ ਕੀ ਕਾਰਵਾਈ ਕੀਤੀ ਗਈ? ਇਹ ਤਾਂ ਮੁਕੱਦਮਾ ਨੰਬਰ ਦਰਜ ਕਰਤਾ 149 ਮੁਕੱਦਮਾ ਜੀ ਅੱਜ ਦੀ ਤਰੀਕ ਹੈ ਅਤੇ ਅੰਡਰ ਸੈਕਸ਼ਨ 304 279 ਅਤੇ 427 IPC PS ਮਾਛੀਵਾੜਾ ਸਾਹਿਬ ਕਾਰਵਾਈ ਪਰਚਾ ਦਰਜ ਕਰ ਦਿੱਤਾ। ਹੁਣ ਪੋਸਟਮਾਰਟਮ ਕਰਾਉਣ ਲਈ ਮੈਂ ਆਇਆ, ਉਹ ਕਰ ਰਹੇ ਨੇ ਪੋਸਟਮਾਰਟਮ। ਗੱਡੀ ਵਾਲੇ ਦਾ ਪਤਾ ਲੱਗਿਆ ਜੀ? ਗੱਡੀ ਵਾਲਾ ਤਾਂ ਨਹੀਂ ਹਾਲੇ ਸਾਨੂੰ, ਉਹ ਗੱਡੀ ਵਾਲਾ ਦਾ ਪਤਾ ਲੱਗ ਗਿਆ ਜੀ, ਬਾਈ ਨੇਮ ਸਾਬਰ ਹੈ, ਸਾਬਰ ਖਾਨ ਹੋਲ ਪਿੰਡ ਦਾ ਬਾਈ ਨੇਮ ਪਰਚਾ ਦੇ ਦਿੱਤਾ। ਅਰੈਸਟ ਹੋਈ ਹੈ ਕੋਈ? ਨਹੀਂ ਅਰੈਸਟ ਨਹੀਂ ਹੋਈ ਹਾਲੇ, ਉਹ ਗੱਡੀ ਛੱਡ ਕੇ ਬਾਅਦ 'ਚ ਭੀੜ ਨੂੰ ਦੇਖ ਕੇ ਭੱਜ ਗਿਆ। ਅਤੇ ਪੋਸਟਮਾਰਟਮ ਵਗੈਰਾ ਹੋ ਗਏ? ਪੋਸਟਮਾਰਟਮ ਕਰਨਾ ਜੀ ਚੱਲ ਰਿਹਾ ਹੁਣ। ਠੀਕ ਹੈ।